ਹੈਲੋ ਐਂਡ ਵੈਲਕਮ ਮਾਈ ਡੀਅਰ ਸਟੂਡੈਂਟਸ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡੇ ਆਪਣੇ ਯੂਟਿਊਬ ਚੈਨਲ ਮੈਰੀਟੋਰੀਅਸ ਸਟੂਡੈਂਟ ਓਨਲੀ ਤੇ। ਸੋ ਅੱਜ ਦੀ ਕਲਾਸ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੋਣ ਵਾਲੀ ਹੈ। ਅਗਰ ਤੁਸੀਂ ਆਪਣੀ 9ਵੀਂ ਤੋਂ ਲੈ ਕੇ 12ਵੀਂ ਕਲਾਸ ਦੀ ਜਿਹੜੀ ਸਟੱਡੀ ਹੈ ਉਹ ਕਿਸੇ ਬਹੁਤ ਅੱਛੇ ਸਕੂਲ 'ਚ ਕਰਨਾ ਚਾਹੁੰਦੇ ਹੋ, ਦੇਖੋ ਵੈਸੇ ਸਕੂਲ ਤਾਂ ਸਾਰੇ ਵਧੀਆ ਹੁੰਦੇ ਨੇ, ਲੇਕਿਨ ਕੁਝ ਸਕੂਲ ਹੁੰਦੇ ਨੇ ਜਿੱਥੇ ਸਰਕਾਰ ਵੱਲੋਂ ਸਪੈਸ਼ਲ ਐਫਰਟਸ ਕੀਤੇ ਜਾਂਦੇ ਨੇ ਬੱਚਿਆਂ ਦੀ ਆਲਰਾਊਂਡ ਡਿਵੈਲਪਮੈਂਟ ਨੂੰ ਯਕੀਨੀ ਬਣਾਉਣ ਦੇ ਲਈ। ਸੋ ਅੱਜ ਦੀ ਇਹ ਵੀਡੀਓ ਉਸੇ ਸੀਰੀਜ਼ ਦਾ ਇੱਕ ਪਾਰਟ ਹੈ। ਸੋ ਰਾਜੇ, ਇਹਦੇ ਵਿੱਚ ਤੁਹਾਨੂੰ ਮੈਰੀਟੋਰੀਅਸ ਸਕੂਲ ਤੇ ਸਕੂਲ ਆਫ ਐਮੀਨੈਂਸ ਦਾ ਜਿਹੜਾ ਹੈਗਾ ਟੈਂਟੇਟਿਵ ਐਗਜ਼ਾਮ ਡੇਟਸ ਇੱਥੇ ਤੁਹਾਨੂੰ ਦਿਖ ਰਹੀਆਂ ਨੇ। ਬੱਚਿਆਂ ਨੂੰ ਮੈਰੀਟੋਰੀਅਸ ਸਕੂਲ ਬਾਰੇ ਥੋੜਾ ਬਹੁਤਾ ਪਤਾ ਹੈ, ਬਿਕੋਜ਼ ਮੈਰੀਟੋਰੀਅਸ ਸਕੂਲ ਬਹੁਤ ਪੁਰਾਣੇ ਸਕੂਲ ਨੇ। ਜਦੋਂ ਬਾਦਲ ਸਰਕਾਰ ਹੁੰਦੀ ਸੀ ਤਾਂ ਉਹਨਾਂ ਦੇ ਵੱਲੋਂ ਇਹ ਪ੍ਰੋਜੈਕਟ ਲਾਂਚ ਕੀਤਾ ਗਿਆ ਸੀ ਔਰ ਮੈਰੀਟੋਰੀਅਸ ਸਕੂਲ ਨੇ ਬਹੁਤ ਅੱਛੇ ਰਿਜ਼ਲਟ ਵੀ ਦਿੱਤੇ ਨੇ। ਲੇਕਿਨ ਐਟ ਅ ਟਾਈਮ ਜੋ ਸਾਡੀ ਪੰਜਾਬ ਸਰਕਾਰ ਹੈ ਆਮ ਆਦਮੀ ਪਾਰਟੀ ਦੀ, ਉਹਨਾਂ ਦੇ ਵੱਲੋਂ ਇੱਕ ਨਵਾਂ ਐਜੂਕੇਸ਼ਨ ਦੇ ਵਿੱਚ ਪ੍ਰੋਜੈਕਟ ਲਾਂਚ ਕੀਤਾ ਗਿਆ ਸਕੂਲ ਆਫ ਐਮੀਨੈਂਸ, ਜੋ ਕਿ ਪਿਛਲੇ ਸਾਲ ਹੀ ਸ਼ੁਰੂ ਹੋਏ ਨੇ। ਸੋ ਯਾਨੀ ਉਹਨਾਂ ਦਾ ਇਹ ਪਹਿਲਾ ਅਕਾਦਮਿਕ ਸੈਸ਼ਨ ਹੈ। ਸੋ ਬੱਚਿਆਂ ਨੂੰ ਸਕੂਲ ਆਫ ਐਮੀਨੈਂਸ ਬਾਰੇ ਥੋੜੀ ਘੱਟ ਨੌਲੇਜ ਹੈ, ਸੋ ਇਸੇ ਲਈ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੋਣ ਵਾਲੀ ਹੈ। ਸੋ ਰਾਜੇ, ਗੱਲ ਹੈ ਜੀ ਸਕੂਲ ਆਫ ਐਮੀਨੈਂਸ ਦੀ। ਸਕੂਲ ਆਫ ਐਮੀਨੈਂਸ ਸਪੈਸੀਫਿਕਲੀ 9th ਐਂਡ 11th ਕਲਾਸ, ਯਾਨੀ ਇਸ ਟਾਈਮ ਅਗਰ ਤੁਸੀਂ ਬੇਟਾ 8ਵੀਂ ਕਲਾਸ ਦੇ ਪੇਪਰ ਦੇ ਰਹੇ ਹੋ ਔਰ ਤੁਸੀਂ 10ਵੀਂ ਜਮਾਤ ਦੇ ਬੋਰਡ ਦੇ ਐਗਜ਼ਾਮਸ ਦੇ ਰਹੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਹੀ ਹੈ। ਫਿਰ ਚਾਹੇ ਤੁਸੀਂ ਜਿਹੜੇ ਮਰਜ਼ੀ ਬੋਰਡ ਦੇ ਬੱਚੇ ਹੋਵੋ, ਜੀ ਹਾਂ ਜਿਹੜੇ ਮਰਜ਼ੀ ਬੋਰਡ ਦੇ, ਪੰਜਾਬ ਸਕੂਲ ਐਜੂਕੇਸ਼ਨ ਬੋਰਡ ਤਾਂ ਹੈਗਾ ਹੀ ਹੈ, ਚਾਹੇ ICSE ਦੇ ਹੋਵੋ ਜਾਂ CBSE ਦੇ ਬੱਚੇ, ਤੁਹਾਡੇ ਲਈ ਵੀ ਇੱਕ ਡਿਫਰੈਂਟ ਜਿਹੜੀ ਹੈਗੀ ਆ ਪਰਸੈਂਟੇਜ ਆਫ ਸੀਟਸ ਤੁਹਾਡੇ ਲਈ ਰਿਜ਼ਰਵ ਕੀਤੀਆਂ ਗਈਆਂ ਨੇ। ਸੋ ਸੈਕਿੰਡ ਸਲਾਈਡ ਤੇ ਚੱਲਦੇ ਹਾਂ। ਅੱਜ ਦੀ ਇਸ ਕਲਾਸ ਦੇ ਵਿੱਚ ਰਾਜੇ ਆਪਣੇ ਮੇਨ ਟੌਪਿਕਸ ਹੋਣ ਵਾਲੇ ਨੇ ਸਕੂਲ ਆਫ ਐਮੀਨੈਂਸ ਕੀ ਹੈ, ਇੱਥੇ ਐਡਮਿਸ਼ਨ ਕਿਵੇਂ ਮਿਲਦੀ ਹੈ ਤੇ ਇੱਥੇ ਕਿਹੜੀਆਂ ਕਿਹੜੀਆਂ ਕਲਾਸਿਸ ਨੇ ਔਰ ਸਕੂਲਾਂ ਦਾ ਕੀ ਹਿਸਾਬ ਕਿਤਾਬ ਹੈ। ਸਭ ਤੋਂ ਪਹਿਲਾਂ ਥੋੜੀ ਜਿਹੀ ਇੰਟਰੋਡਕਸ਼ਨ ਦੇਖ ਲਈਏ। ਸੋ ਰਾਜੇ, ਸਭ ਤੋਂ ਪਹਿਲਾਂ ਫਰਸਟ ਮੇਜਰ ਐਜੂਕੇਸ਼ਨ ਪ੍ਰੋਜੈਕਟ ਹੈ। ਦੇਖੋ ਬੇਟਾ, ਕੋਈ ਵੀ ਸਰਕਾਰ ਆਉਂਦੀ ਹੈ, ਹਰੇਕ ਸਰਕਾਰ ਅਲੱਗ ਅਲੱਗ ਸੈਕਟਰਾਂ ਦੇ ਵਿੱਚ ਨਾ ਕੁਝ ਨਵਾਂ ਕਰਦੀ ਹੈ। ਹੈਲਥ ਡਿਪਾਰਟਮੈਂਟ ਦੇ ਵਿੱਚ ਨਵਾਂ ਕਰਦੀ ਹੈ, ਐਜੂਕੇਸ਼ਨ ਡਿਪਾਰਟਮੈਂਟ ਨਵਾਂ ਕਰਦੀ ਹੈ, ਆਯਾਤ ਨਿਰਯਾਤ ਦੇ ਜਿਹੜਾ ਹੈਗਾ ਡਿਪਾਰਟਮੈਂਟ ਉਹਦੇ ਚ ਕੁਛ ਨਾ ਕੁਛ ਨਵਾਂ ਕਰਦੀ ਹੈ। ਸੋ ਜਿਹੜੀ ਪੰਜਾਬ ਸਰਕਾਰ ਹੈ ਆਮ ਆਦਮੀ ਪਾਰਟੀ ਦੀ, ਉਹਨਾਂ ਦਾ ਪਹਿਲਾ ਐਜੂਕੇਸ਼ਨ ਪ੍ਰੋਜੈਕਟ ਹੈ, ਮੇਜਰ ਐਜੂਕੇਸ਼ਨ ਪ੍ਰੋਜੈਕਟ ਹੈ, ਠੀਕ ਹੈ। ਇਹਦੇ ਚ ਕੀ ਕੀਤਾ ਗਿਆ ਬੇਟਾ ਜੀ, ਪੰਜਾਬ ਦੇ 117 ਸਕੂਲਾਂ ਨੂੰ ਇਹਨਾਂ ਨੇ ਅਪਗ੍ਰੇਡ ਕੀਤੇ। ਅੱਛਾ ਮੈਮ, ਅਪਗ੍ਰੇਡ ਮਤਲਬ, ਅਪਗ੍ਰੇਡ ਦਾ ਮਤਲਬ ਹੈ ਜਿਹੜੀ ਹਾਲਤ ਚੋਂ ਹੈਗੇ ਨੇ ਉਹਨਾਂ ਨੂੰ ਉਸ ਤੋਂ ਵਧੀਆ ਕਰ ਦੇਣਾ, ਚਾਹੇ ਤੁਸੀਂ ਵਧੀਆ ਹੋ ਤਾਂ ਤੁਹਾਨੂੰ ਬਹੁਤ ਵਧੀਆ ਕਰ ਦੇਣਾ, ਯਾਨੀ ਪੋਜ਼ਿਟਿਵ ਚੇਂਜ ਕੀਤੇ ਨੇ। ਮਤਲਬ ਟੋਟਲ ਸਾਡੇ ਹੈਗੀਆਂ ਨੇ 23 ਜ਼ਿਲ੍ਹੇ ਨੇ, 23 ਜ਼ਿਲ੍ਹਿਆਂ ਚੋਂ ਵੱਖ ਵੱਖ ਸਕੂਲਾਂ ਦੀ ਇੱਕ ਲਿਸਟ ਜਾਰੀ ਕੀਤੀ ਗਈ ਜਿਨ੍ਹਾਂ ਨੂੰ ਸਕੂਲ ਆਫ ਐਮੀਨੈਂਸ ਬਣਾ ਦਿੱਤਾ ਗਿਆ, ਠੀਕ ਹੈ। ਇਹਦੇ ਵਿੱਚ ਰਜੇ ਸਪੈਸ਼ਲ ਇੰਫੈਸਾਈਜ਼ ਕੀਤਾ ਜਾਂਦਾ ਹੈ 9ਵੀਂ ਤੋਂ ਲੈ ਕੇ 12ਵੀਂ ਕਲਾਸ ਦੀ ਪੜ੍ਹਾਈ ਦੇ ਉੱਪਰ, 9ਵੀਂ ਤੋਂ 12ਵੀਂ ਤੱਕ ਦੀ ਸਟੱਡੀ ਤੇ ਜ਼ਿਆਦਾ ਫੋਕਸ ਕੀਤਾ ਗਿਆ ਹੈ। ਇਹ ਰਜੇ ਤੁਸੀਂ ਜਿਹੜਾ ਹੈਗਾ ਪਿਛਲੇ ਸਾਲ ਜਦੋਂ ਹਨਾ ਨਿਊ ਨਿਊ ਇਹ ਲਾਂਚ ਹੋਈ ਸੀ ਤਾਂ ਇਹਨਾਂ ਵੱਲੋਂ ਇੱਕ ਬੁਕਲੇਟ ਲਾਂਚ ਕੀਤੀ ਗਈ ਸੀ, ਉਸ ਬੁਕਲੇਟ ਦਾ ਇਹ ਪਹਿਲਾ ਪੇਜ ਹੈ। ਆਈ ਥੋਟ ਤੁਹਾਨੂੰ ਇਹ ਦਿਖਾਉਣਾ ਚਾਹੀਦਾ, ਸੋ ਦੈਟਸ ਵਾਈ ਆਈ ਐਡ ਦਿਸ ਇਨ ਟੂ ਦਿਸ PPT। ਓਕੇ ਰਜੇ, ਸਕੂਲ ਆਫ ਐਮੀਨੈਂਸ ਦਾ ਜਿਹੜਾ ਕਨਸੈਪਟ ਹੈ 5 ਪਿਲਰਸ ਤੇ ਕੰਮ ਕਰਦਾ ਹੈ। 5 ਪਿਲਰਸ ਹੋ ਗਏ ਨਾ, ਜਿਵੇਂ ਸਤੰਭ ਹੁੰਦੇ ਨੇ ਕੋਈ ਚੀਜ਼ ਜਿਹੜੀ ਹੈਗੀ ਆ ਉਹ ਤੇ ਖੜੀ ਹੈ। ਸੋ ਇਹਦੇ ਜਿਹੜੇ 4 ਨਹੀਂ ਹੈਗੇ, ਇਹਦੇ 5 ਪਿਲਰਸ ਨੇ, ਇਨਫਰਾਸਟ੍ਰਕਚਰ, ਅਕੈਡਮਿਕਸ, ਹਿਊਮਨ ਰਿਸੋਰਸ ਮੈਨੇਜਮੈਂਟ, ਸਪੋਰਟਸ ਐਂਡ ਕੋ ਕਰਿਕੁਲਰ ਐਕਟੀਵਿਟੀਜ਼, ਕਮਿਊਨਿਟੀ ਇੰਗੇਜਮੈਂਟ। ਮੈਮ ਇਹਦਾ ਮਤਲਬ ਕੀ ਹੈ ਜੀ? ਇਹਦਾ ਮਤਲਬ ਬਹੁਤ ਆਸਾਨ ਹੈ ਕਿ ਤੁਹਾਨੂੰ ਸਿਰਫ ਖੂਹ ਦੇ ਡੱਡੂ ਨਹੀਂ ਬਣਾਉਣਾ, ਤੁਹਾਨੂੰ ਸਿਰਫ ਪੜ੍ਹਾਈ ਤੱਕ ਸੀਮਤ ਨਹੀਂ ਬਣਾਉਣਾ, ਤੁਹਾਡੀ ਆਲਰਾਊਂਡ ਡਿਵੈਲਪਮੈਂਟ ਕਰਨੀ ਹੈ, ਤੁਹਾਡਾ ਇਨਫਰਾਸਟ੍ਰਕਚਰ
ਇਹਨਾਂ ਸਕੂਲਾਂ ਤੇ ਲਗਭਗ ਰਜੇ ਬਹੁਤ ਹੀ ਕਰੋੜਾਂ ਦੇ ਵਿੱਚ ਇਹ ਪ੍ਰੋਜੈਕਟ ਸੀ। ਹਰੇਕ ਸਕੂਲ ਤੇ ਲੱਖਾਂ ਕਰੋੜਾਂ ਰੁਪਈਆ ਲਾ ਕੇ ਉਹਨੂੰ ਅਪਗ੍ਰੇਡ ਕੀਤਾ ਗਿਆ। ਇਨਫਰਾਸਟ੍ਰਕਚਰ ਦਾ ਮਤਲਬ ਤੁਹਾਨੂੰ ਪ੍ਰੋਪਰ ਲਾਇਬ੍ਰੇਰੀ ਦੀਆਂ ਫੈਸਿਲਿਟੀਜ਼ ਨੇ, ਸਾਇੰਸ ਲੈਬ, ਕੰਪਿਊਟਰ ਲੈਬ, ਪਲੇਗਰਾਉਂਡ, ਹਰੇਕ ਬਹੁਤ ਅੱਛਾ ਹੈ। ਤੁਸੀਂ ਜਿਹੜੇ ਜਿਹੜੇ ਏਰੀਆ 'ਚ ਪੜ੍ਹਦੇ ਹੋ ਤੁਹਾਡੇ ਆਲੇ ਦੁਆਲੇ ਕੋਈ ਨਾ ਕੋਈ ਸਕੂਲ ਆਫ ਫੈਮਿਨਿਨ ਜ਼ਰੂਰ ਬਣਿਆ ਹੋਏਗਾ, ਤੁਹਾਡੇ ਸੀਨੀਅਰਸ ਜ਼ਰੂਰ ਉੱਥੇ ਪੜ੍ਹ ਰਹੇ ਹੋਣਗੇ। ਉਹਨਾਂ ਨਾਲ ਇੱਕ ਵਾਰ ਜ਼ਰੂਰ ਅਪਡੇਟ ਕਰਿਓ, ਉਹਨਾਂ ਨਾਲ ਇਸ ਵਿਸ਼ੇ ਤੇ ਜ਼ਰੂਰ ਗੱਲ ਕਰਿਓ। ਫਿਰ ਅਕੈਡਮਿਕਸ ਇੱਥੇ ਤੁਹਾਨੂੰ ਪ੍ਰੋਪਰ ਦੇਖੋ ਪੜ੍ਹਾਉਣ ਦੇ ਤਰੀਕੇ ਬਦਲਦੇ ਰਹਿੰਦੇ ਆ। ਪਹਿਲਾਂ ਕੀ ਹੁੰਦਾ ਸੀ, ਪਹਿਲਾਂ ਟੀਚਰਸ ਆਪਣੇ ਹਿਸਾਬ ਨਾਲ ਪੜ੍ਹਾਉਂਦੇ ਸੀ, ਲੇਕਿਨ ਅੱਜ ਕੱਲ ਹਰੇਕ ਇੱਕ ਨਵਾਂ ਮੈਥਡ ਚੱਲ ਪਿਆ, ਤੁਹਾਨੂੰ ਹਰੇਕ ਚੀਜ਼ ਸਮਝਾਉਣ ਦਾ ਇੱਕ ਅਲੱਗ ਮੈਥਡ ਹੈ। ਸੋ ਤੁਹਾਨੂੰ ਕ੍ਰੀਏਟਿਵ ਵੇ ਨਾਲ ਟੀਚਿੰਗ ਕਰਾਈ ਜਾਏਗੀ। ਫਿਰ ਹਿਊਮਨ ਰਿਸੋਰਸ ਮੈਨੇਜਮੈਂਟ, ਸਪੋਰਟਸ ਐਂਡ ਕੋ ਕਰਿਕੁਲਰ ਐਕਟੀਵਿਟੀਜ਼, ਕਮਿਊਨਿਟੀ ਇੰਗੇਜਮੈਂਟ, ਦੇਖੋ ਸਾਰੀ ਹਾਲਾਂਕਿ ਤੁਸੀਂ ਮੈਂ ਤੁਹਾਨੂੰ ਥੋੜਾ ਥੋੜਾ ਫਿਰ ਵੀ ਐਕਸਪਲੇਨ ਕਰ ਦਿੰਦੀ ਹਾਂ, ਵੈਸੇ ਏਡਾ ਕੋਈ ਉਹ ਹੈ ਨੀਗਾ। ਸਪੋਰਟਸ ਐਂਡ ਕੋ ਕਰਿਕੁਲਰ ਐਕਟੀਵਿਟੀਜ਼ ਦੇ ਵਿੱਚ ਕੀ ਹੈ ਰਾਜੇ, ਪਹਿਲਾਂ ਸਿਰਫ ਪੜ੍ਹਾਈ ਤੇ ਫੋਕਸ ਕੀਤਾ ਜਾਂਦਾ ਸੀ, ਪਰ ਹੁਣ ਬੱਚੇ ਦੀ ਆਲਰਾਊਂਡ ਡਿਵੈਲਪਮੈਂਟ ਦੇ ਵਿੱਚ, ਬੱਚੇ ਦੀ ਪਰਸਨੈਲਿਟੀ ਡਿਵੈਲਪਮੈਂਟ ਕਰਨੀ ਹੈ, ਉਹਨੂੰ ਸਪੋਰਟਸ ਦੇ ਵਿੱਚ ਵੀ ਅੱਗੇ ਲੈ ਕੇ ਜਾਣਾ ਹੈ। ਜਿਵੇਂ ਜਦੋਂ ਅਸੀਂ ਪੜ੍ਹਦੇ ਸੀ ਨਾ, ਅਸੀਂ ਸਰਕਾਰੀ ਸਕੂਲਾਂ 'ਚ ਪੜ੍ਹਿਆ ਤਾਂ ਸਾਡੇ ਵੀ ਇੰਨਾ ਕੋਈ ਸਪੋਰਟਸ ਵਗੈਰਾ ਤੇ ਧਿਆਨ ਨਹੀਂ ਦਿੰਦੇ ਸੀਗੇ, ਠੀਕ ਹੈ, ਕੋਈ ਉੱਥੇ ਗੇਮ ਵਗੈਰਾ ਘੱਟ ਹੀ ਹੁੰਦੀ ਸੀਗੀ, ਬਸ ਇੱਦਾਂ ਸੀ ਕਿ ਪੜ੍ਹੋ ਪੜ੍ਹੋ ਪੜ੍ਹੋ। ਜਿਹੜਾ ਈਵਨ ਫਿਜ਼ੀਕਲ ਐਜੂਕੇਸ਼ਨ ਦਾ ਲੈਕਚਰ ਹੁੰਦਾ ਸੀ ਉਹਦੇ 'ਚ ਵੀ ਗਰਾਊਂਡ 'ਚ ਘੱਟ, ਪਰ ਖੇਡਾਂ ਮਤਲਬ ਪੜ੍ਹਾਈ ਤੇ ਜ਼ਿਆਦਾ ਫੋਕਸ ਸੀਗਾ। ਸੋ ਕਿਤੇ ਨਾ ਕਿਤੇ ਅਸੀਂ ਉਸ ਪੱਖੋਂ ਪਿੱਛੇ ਰਹਿ ਗਏ ਕਿ ਅਸੀਂ ਫਿਜ਼ੀਕਲ ਐਜੂਕੇਸ਼ਨ ਦੇ ਖੇਤਰ 'ਚ ਅੱਗੇ ਨਹੀਂ ਵੱਧ ਸਕੇ। ਸੋ ਇਸ ਸਪੋਰਟਸ ਐਂਡ ਕੋ ਕਰਿਕੂਲਰ ਐਕਟੀਵਿਟੀਜ਼ ਨੂੰ ਇੱਥੇ ਵੀ ਤਵੱਜੋ ਦਿੱਤੀ ਗਈ ਹੈ। ਤੇ ਕਮਿਊਨਿਟੀ ਇੰਗੇਜਮੈਂਟ, ਯਾਨੀ ਕਿ ਅਸੀਂ ਆਪਣੇ ਆਸੇ ਪਾਸੇ ਨਾਲ ਇੱਕ ਹਿਸਾਬ ਨਾਲ ਇੰਗੇਜ ਹੋਣਾ, ਉਹਨਾਂ ਨਾਲ ਵੀ ਅਸੀਂ ਇਹ ਵਾਰਤਾਲਾਪ ਕਾਇਮ ਰੱਖਣੀ ਹੈ। ਸੋ ਇਹ ਰਜੇ ਦੇ ਪਿਲਰਸ ਨੇ। ਤੁਹਾਨੂੰ ਸਕੂਲ ਆਫ ਐਮੀਨੈਂਸ ਦੇ ਸਟੂਡੈਂਟ ਕਿਉਂ ਬਣਨਾ ਚਾਹੀਦਾ, ਇਹ ਜਿਹੜੀ ਰਜੇ ਸਲਾਈਡ ਹੈ ਇਹ ਮੈਨੇ ਜਿਹੜਾ ਪਿਛਲੇ ਸਾਲ ਸਰਕਾਰ ਵੱਲੋਂ ਜਿਹੜਾ ਇੱਕ ਕਹਿ ਲਓ ਬੁੱਕਲੇਟ ਲਾਂਚ ਕੀਤੀ ਗਈ ਸੀ ਉਹਦੇ ਚੋਂ ਲਿਆ ਗਿਆ ਹੈ। ਲਰਨ ਥਰੂ ਦ ਇਨੋਵੇਟਿਵ ਟੀਚਿੰਗ ਪ੍ਰੋਸੈਸ ਪ੍ਰੈਕਟਿਸਿਸ, ਬਹੁਤ ਵਧੀਆ ਤਰੀਕੇ ਨਾਲ ਲਾਈਕ ਅਲੱਗ ਅਲੱਗ ਤਰੀਕੇ ਨਾਲ ਪੜ੍ਹਾਇਆ ਜਾਏਗਾ। ਸੇਫ, ਹੈਲਥੀ, ਇਨਕਲੂਸਿਵ, ਐਕਸੈਸੀਬਲ ਇਨਵਾਇਰਮੈਂਟ ਹੈ, ਇਹ ਸਾਰੀਆਂ ਰਜੇ ਚੀਜ਼ਾਂ ਤੁਸੀਂ ਜਿਹੜੀਆਂ ਹੈਗੀਆਂ ਪੜ੍ਹ ਸਕਦੇ ਹੋ। ਹਾਲਾਂਕਿ ਆਪਾਂ ਇਹ ਨਹੀਂ ਕਹਿ ਸਕਦੇ ਕਿ 100% ਇਹ ਚੀਜ਼ ਅਚੀਵ ਹੋਈ ਹੋਏਗੀ, ਬਿਕਾਜ਼ ਦੇਖੋ ਰਜੇ ਜਦੋਂ ਅਸੀਂ ਬੀਐਡ ਕਰਦੇ ਸੀ ਨਾ ਤਾਂ ਬੀਐਡ ਦੇ ਵਿੱਚ ਅਸੀਂ ਨੇ ਐਜੂਕੇਸ਼ਨ ਪਾਲਿਸੀਜ਼ ਪੜ੍ਹਨੀਆਂ ਹੁੰਦੀਆਂ ਨੇ, ਤਾਂ ਪਾਲਿਸੀਜ਼ ਪੜ੍ਹ ਕੇ ਇਦਾਂ ਲੱਗਦਾ ਕਿ ਸਾਡੇ ਇੰਡੀਆ ਵਰਗੇ ਐਜੂਕੇਸ਼ਨ ਸਿਸਟਮ ਕਿਤੇ ਹੈ ਹੀ ਨਹੀਂ, ਕਿ ਸਭ ਤੋਂ ਬੈਸਟ ਸਾਡੇ ਦੇਸ਼ ਦਾ ਹੀ ਐਜੂਕੇਸ਼ਨ ਸਿਸਟਮ ਹੈ। ਬਟ ਇਹ ਚੀਜ਼ ਤੁਸੀਂ ਵੀ ਜਾਣਦੇ ਹੋ, ਇਹ ਚੀਜ਼ ਅਸੀਂ ਵੀ ਜਾਣਦੇ ਹਾਂ ਕਿ ਕਿਤਾਬਾਂ ਤੇ ਅਸਲੀਅਤ ਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੁੰਦਾ ਹੈ ਨਾ। ਬਟ ਠੀਕ ਹੈ, ਇੱਕ ਗੋਲ ਨੂੰ ਅਚੀਵ ਕਰਨ ਲਈ ਸਮਾਂ ਜ਼ਰੂਰ ਲੱਗਦਾ, ਔਰ ਤੁਹਾਡੀ ਆਲਰਾਊਂਡ ਡਿਵੈਲਪਮੈਂਟ ਕਰਨ ਦੇ ਵਿੱਚ ਇਹ ਚੀਜ਼ਾਂ ਹੌਲੀ ਹੌਲੀ ਚੱਲਣਗੀਆਂ। ਸੋ ਤੁਸੀਂ ਬਿਲਕੁਲ ਆ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਹਨੂੰ ਮੱਦੇਨਜ਼ਰ ਰੱਖਦੇ ਹੋਏ ਡਿਸਾਈਡ ਕਰ ਸਕਦੇ ਹੋ ਦੈਟ ਤੁਸੀਂ ਸਕੂਲ ਆਫ ਐਮੀਨੈਂਸ ਦੇ ਵਿਦਿਆਰਥੀ ਬਣਨਾ ਚਾਹੁੰਦੇ ਹੋ ਜਾਂ ਫਿਰ ਨਹੀਂ। ਤੁਸੀਂ ਇਹ ਦੇਖ ਸਕਦੇ ਹੋ ਇਹਨਾਂ ਦੇ ਵਿੱਚ ਪ੍ਰੋਪਰ, ਦੇਖੋ ਆ ਕੋ ਕਰਿਕੁਲਰ ਐਕਟੀਵਿਟੀਜ਼ ਕੇ ਜਿਹੜੇ ਵੀ ਇਹਨੋ ਸਮਾਗਮ ਵਗੈਰਾ ਹੁੰਦੇ ਨੇ, ਬੱਚੀਆਂ ਬਾਸਕਟਬਾਲ ਖੇਡ ਰਹੀਆਂ ਨੇ, ਉਸ ਤੋਂ ਬਾਅਦ ਐਨਸੀਸੀ ਦਾ ਹੈ, ਉਸ ਤੋਂ ਬਾਅਦ ਆਈ ਥਿੰਕ ਬੱਚੀਆਂ ਇਹ ਲੈਬੋਰੇਟਰੀ ਦੇ ਵਿੱਚ ਨੇ, ਆ ਸਾਇੰਸ ਲੈਬ ਹੋ ਗਈ, ਠੀਕ ਹੈ, ਇਹ ਲਾਇਬ੍ਰੇਰੀ ਹੈ, ਔਰ ਇਸ ਤਰੀਕੇ ਨਾਲ ਤੁਸੀਂ ਲਾਈਕ ਇਹਦਾ ਪ੍ਰੋਸਪੈਕਟਸ ਦੇਖ ਸਕਦੇ ਹੋ। ਸੋ ਰਾਜੇ ਹੁਣ ਗੱਲ ਕਰੀਏ ਕਲਾਸਿਸ ਦੀ, ਤਾਂ ਰਾਜੇ ਇੱਕ ਇੱਥੇ ਮੇਨ 9th ਔਰ ਇੱਕ 11th ਕਲਾਸ ਦੇ ਵਿੱਚ ਦਾਖਲਾ ਲਿਆ ਜਾਂਦਾ ਹੈ। ਅੱਛਾ, 9ਵੀਂ ਕਲਾਸ 'ਚ ਦਾਖਲਾ ਕੌਣ ਲੈਣਗੇ ਜੀ? 8ਵੀਂ ਕਲਾਸ ਵਾਲੇ ਬੱਚੇ, ਕਾਮਨ ਸੈਂਸ। 11th ਦੇ ਵਿੱਚ ਕੌਣ ਲੈਣਗੇ ਜੀ? 10th ਵਾਲੇ ਬੱਚੇ, ਬਹੁਤ ਅੱਛੀ ਗੱਲ ਹੈ ਜੀ। ਮੂਵ ਟੂ ਦਾ ਨੈਕਸਟ ਪਾਰਟ। ਅੱਛਾ, ਮੇਨ ਗੱਲ ਹੈ 10ਵੀਂ ਤੋਂ ਬਾਅਦ ਕਿਹੜੀਆਂ ਸਟ੍ਰੀਮਸ ਨੇ। ਦੇਖੋ ਰਾਜੇ, 10ਵੀਂ ਤੋਂ ਬਾਅਦ ਨਾ ਸਾਨੂੰ ਬਹੁਤ ਆਪਸ਼ਨਸ ਮਿਲਦੀਆਂ ਨੇ, ਜਿਵੇਂ ਕਿ ਤੁਹਾਡੇ ਕੋਲੇ ਜਿਹੜੇ ਬੱਚਿਆਂ ਨੇ ਸਾਇੰਸ ਰੱਖਣੀ ਹੁੰਦੀ ਹੈ ਉਹ ਨਾਨ ਮੈਡੀਕਲ ਜਾਂ ਮੈਡੀਕਲ ਚੋਂ ਕੋਈ ਇੱਕ ਸਟ੍ਰੀਮ ਚੂਜ਼ ਕਰਦੇ ਨੇ। ਕੁਛ ਬੱਚੇ ਬੇਟਾ ਕਾਮਰਸ ਰੱਖਦੇ ਨੇ, ਕੁਛ ਬੱਚੇ ਬੇਟਾ ਆਰਟਸ ਰੱਖਦੇ ਨੇ, ਜਿਹਨੂੰ ਹਿਊਮੈਨਿਟੀਜ਼ ਕਹਿ ਦਿੰਦੇ ਨੇ, ਹਿਊਮੈਨਿਟੀਜ਼ ਕਹਿ ਦਿੰਦੇ ਨੇ, ਠੀਕ ਹੈ। ਕੁਛ ਬੱਚੇ ਬੇਟਾ ਵੋਕੇਸ਼ਨਲ ਰੱਖਦੇ ਨੇ, ਕੁਛ ਬੱਚੇ ਡਿਪਲੋਮਾ ਵਗੈਰਾ ਕਰਦੇ ਨੇ, ਠੀਕ ਹੈ। ਇਸ ਤਰੀਕੇ ਨਾਲ ਮੈਰੀਟੋਰੀਅਸ ਸਕੂਲਾਂ ਦੇ ਵਿੱਚ ਨਾ
ਸਾਇੰਸ ਹੈ ਤੇ ਕਾਮਰਸ ਹੈ, ਆਰਟਸ ਤੇ ਵੋਕੇਸ਼ਨਲ ਨਹੀਂ ਹੈ, ਤਾਂ ਕਈ ਬੱਚੇ ਹੁੰਦੇ ਆ ਜਿਨ੍ਹਾਂ ਦਾ ਮਨ ਹੁੰਦਾ ਕਿ ਉਹ ਜਿਹੜੀ ਹਿਊਮੈਨਿਟੀਜ਼ ਯਾਨੀ ਆਰਟਸ ਦਾ ਜਿਹੜੀ ਸਟ੍ਰੀਮ ਹੈ ਉਹਨੂੰ ਇੱਕ ਵੱਖਰੇ ਸਕੂਲ 'ਚ ਕਰਨ, ਪਰ ਮੈਰੀਟੋਰੀਅਸ ਸਕੂਲ 'ਚ ਤੁਹਾਨੂੰ ਇਹ ਆਪਸ਼ਨ ਨਹੀਂ ਮਿਲਦੀ, ਤਾਂ ਤੁਹਾਡੇ ਲਈ ਇੱਕ ਬਹੁਤ ਹੀ ਸੁਨਹਿਰੀ ਮੌਕਾ ਹੈ, ਕਿਉਂਕਿ ਸਕੂਲ ਆਫ ਐਮੀਨੈਂਸ ਦੇ ਵਿੱਚ ਰਜੇ ਜਿਹੜੀ ਹੈਗੀ ਆ ਆਰਟਸ ਸਟ੍ਰੀਮ ਵੀ ਬਿਲਕੁਲ ਹੈਗੀ ਹੈ। ਅਰੇ ਮੂਵ ਕਿਉਂ ਨਹੀਂ ਕਰ ਰਿਹਾ ਅੱਗੇ, ਇੱਕ ਮਿੰਟ ਬੇਟਾ, ਜਸਟ ਗਿਵ ਮੀ ਅ ਸੈਕਿੰਡ। ਓਕੇ, ਸੋ ਇਹ ਜਿਹੜੀਆਂ ਸਟ੍ਰੀਮਸ ਤੁਹਾਨੂੰ ਦਿਖ ਰਹੀਆਂ ਨੇ ਸਕੂਲ ਆਫ ਐਮੀਨੈਂਸ ਦੇ ਵਿੱਚ, ਇਹ ਤਿੰਨੋਂ ਸਟ੍ਰੀਮਸ ਨੇ, ਸਾਇੰਸ, ਸਾਇੰਸ ਦੇ ਵਿੱਚ ਨਾਨ ਮੈਡੀਕਲ ਔਰ ਮੈਡੀਕਲ ਆ ਗਿਆ, ਕਾਮਰਸ ਔਰ ਹਿਊਮੈਨਿਟੀਜ਼ ਜਿਹਨੂੰ ਆਪਾਂ ਜ਼ਿਆਦਾਤਰ ਆਰਟ ਦੇ ਨਾਮ ਨਾਲ ਜਾਣਦੇ ਹਾਂ। ਸੋ ਸਕੂਲ ਆਫ ਐਮੀਨੈਂਸ ਦੇ ਵਿੱਚ ਜਿਹੜੇ ਬੱਚੇ ਇਸ ਵਕਤ 10ਵੀਂ 'ਚ ਪੜ੍ਹ ਰਹੇ ਨੇ ਤੇ 11ਵੀਂ ਦੇ ਵਿੱਚ ਇਹਨਾਂ ਤਿੰਨਾਂ ਦੇ ਵਿੱਚੋਂ ਕਿਸੇ ਵੀ ਸਟ੍ਰੀਮ 'ਚ ਦਾਖਲਾ ਲੈਣਾ ਚਾਹੁੰਦੇ ਨੇ, ਦੈਨ ਡੈਫੀਨੇਟਲੀ ਸਕੂਲ ਆਫ ਐਮੀਨੈਂਸ ਇਜ਼ ਫੋਰ ਯੂ ਪੀਪਲ। ਅੱਛਾ, ਫਿਰ ਮੇਨ ਗੱਲ ਚੱਲਦੀ ਹੈ ਕਿ ਮੈਡਮ ਕਿਹੜੇ ਸਕੂਲ ਦੇ ਸਟੂਡੈਂਟ, ਮੋਸਟਲੀ ਇਹ ਸਾਰੀਆਂ ਜਿਹੜੀਆਂ ਸਕੀਮਸ ਹੁੰਦੀਆਂ ਨੇ ਸਰਕਾਰੀ ਸਕੂਲਾਂ ਦੇ ਬੱਚਿਆਂ ਲਈ ਹੁੰਦੀਆਂ ਨੇ। ਸੋ ਮੈਮ ਇਹਦੇ 'ਚ ਕੁਝ ਵੱਖਰਾ ਹੈ? ਜੀ ਹਾਂ, ਬਿਲਕੁਲ ਵੱਖਰਾ ਹੈ, ਪ੍ਰੋਜੈਕਟ ਦਾ ਰੂਲ ਹੈ ਬੇਟਾ, 75% ਬੱਚੇ ਤਾਂ ਸਰਕਾਰੀ ਸਕੂਲਾਂ ਦੇ ਹੀ ਹੋਣਗੇ, ਪਰ ਜਿਹੜੇ 25% ਬੱਚੇ ਨੇ ਬੇਟਾ ਉਹ ਦੂਸਰੇ ਸਕੂਲਾਂ ਦੇ ਲਏ ਜਾਣਗੇ। ਇਹਦੇ 'ਚ ਸੀਬੀਐਸਈ ਬੋਰਡ ਦੇ ਬੱਚੇ ਹੋ, ਕੋਈ ਚੱਕਰ ਨਹੀਂ, ਤੁਹਾਡਾ ਮੋਸਟ ਵੈਲਕਮ ਹੈ। ਤੁਸੀਂ ਆਈਸੀਐਸਈ ਬੋਰਡ ਦੇ ਬੱਚੇ ਹੋ, ਕੋਈ ਚੱਕਰ ਨਹੀਂ, ਤੁਹਾਡਾ ਮੋਸਟ ਵੈਲਕਮ ਹੈ। ਸੋ ਜਿਹੜੇ ਮਰਜ਼ੀ ਸਕੂਲ ਦੇ ਵਿੱਚ ਤੁਸੀਂ ਪੜ੍ਹਦੇ ਹੋ, ਅਗਰ ਤੁਹਾਡਾ ਸਕੂਲ ਆਫ ਐਮੀਨੈਂਸ ਜਾਣ ਦਾ ਸੁਪਨਾ ਹੈ, ਦੈਨ ਡੈਫੀਨੇਟਲੀ ਤੁਸੀਂ ਇਸ ਚੀਜ਼ ਦੇ ਵਿੱਚ ਸੋਚ ਸਕਦੇ ਹੋ। ਅੱਛਾ, ਐਡਮਿਸ਼ਨ ਸੈਸ਼ਨ ਇਸ ਵਾਰ ਰਾਜੇ ਥੋੜੇ ਜਿਹੇ ਚੇਂਜ ਜ਼ਰੂਰ ਹੋਣਗੇ। ਮੈਮ ਕਿਉਂ ਹੋਣਗੇ? ਕਿਉਂਕਿ ਪਿਛਲੇ ਸਾਲ ਪਤਾ ਬੇਟਾ ਕੀ ਹੋਇਆ ਸੀ, ਇਹਨਾਂ ਨੇ ਨਾ ਸਕੂਲ ਆਫ ਐਮੀਨੈਂਸ ਦੇ ਵਿੱਚ ਐਡਮਿਸ਼ਨ ਵਧਾਉਣ ਲਈ ਮੈਰੀਟੋਰੀਅਲ ਸਕੂਲ ਦੀ ਐਡਮਿਸ਼ਨ ਲੇਟ ਕਰਾਤੀ, ਪਤਾ ਨਹੀਂ ਤਾਂ ਹੁਣ ਜਾਣ ਕੇ ਕਰਾਈ, ਪਤਾ ਨਹੀਂ ਉਹ ਪ੍ਰੋਸੈਸ ਬਹੁਤ ਲੰਬਾ ਗਿਆ ਸੀ। ਸਕੂਲ ਆਫ ਐਮੀਨੈਂਸ ਦਾ ਸਾਰਾ ਕੰਮ ਇਹਨਾਂ ਨੇ ਦੋ ਤਿੰਨ ਮਹੀਨੇ ਵੀ ਮੈਂ ਜ਼ਿਆਦਾ ਕਹਿਤੇ, ਮਹੀਨੇ ਡੇਢ ਮਹੀਨੇ ਚ ਨਿਬੇੜਤਾ, ਤੇ ਮੈਰੀਟੋਰੀਅਲ ਸਕੂਲ ਦਾ ਇਹਨਾਂ ਨੇ ਜਿਹੜਾ ਸੈਸ਼ਨ ਹੈ 5 ਤੋਂ 6 ਮਹੀਨੇ ਬੱਚੇ ਲਮਕਾਈ ਰੱਖੇ ਨੇ, ਸੋ ਦੈਟ ਇਹ ਸਕੂਲ ਥੋੜੇ ਚੱਲ ਜਾਣ, ਇਹਨਾਂ ਦੀ ਸਟ੍ਰੈਟਜੀਜ਼ ਵਗੈਰਾ ਜੋ ਵੀ ਸੀਗੀਆਂ। ਬਟ ਦਾ ਥਿੰਗ ਇਜ਼ ਕਿ ਜਦੋਂ ਹੀ ਪਹਿਲਾਂ ਤਾਂ ਬੱਚਿਆਂ ਨੇ ਸਕੂਲ ਆਫ ਐਮੀਨੈਂਸ 'ਚ ਐਡਮਿਸ਼ਨ ਲੈ ਲਈ, ਪਰ ਜਦੋਂ ਮੈਰੀਟੋਰੀਅਸ ਸਕੂਲ ਦਾ ਪੇਪਰ ਦਿੱਤਾ, ਜਿਹੜੇ ਬੱਚਿਆਂ ਦਾ ਪੇਪਰ ਕਲੀਅਰ ਸੀ ਉਹ ਸਾਰੇ ਬੱਚੇ ਸਕੂਲ ਆਫ ਐਮੀਨੈਂਸ ਨੂੰ ਛੱਡ ਕੇ ਮੈਰੀਟੋਰੀਅਸ ਸਕੂਲ ਦੇ ਵਿੱਚ ਚਲੇ ਗਏ। ਇਹਦਾ ਇਹ ਮਤਲਬ ਨਹੀਂ ਹੈ ਕਿ ਸਕੂਲ ਆਫ ਐਮੀਨੈਂਸ ਨਹੀਂ ਵਧੀਆ, ਦੇਖੋ ਕੋਈ ਚੀਜ਼ ਨਵੀਂ ਨਵੀਂ ਬਣਦੀ ਹੈ, ਸਾਨੂੰ ਟਾਈਮ ਦੇਣਾ ਪੈਂਦਾ ਉਸ ਚੀਜ਼ ਨੂੰ ਸਮਝਣ ਲਈ, ਹੈ ਨਾ। ਸਕੂਲ ਆਫ ਐਮੀਨੈਂਸ ਆਰ ਆਲਸੋ ਵਨ ਆਫ ਦ ਬੈਸਟ ਸਕੂਲਸ ਇਨ ਪੰਜਾਬ, ਠੀਕ ਹੈ। ਸੋ ਇਸ ਲਈ ਇਹਨਾਂ ਨੇ ਇਸ ਵਾਰ ਕੀ ਕੀਤਾ ਬੇਟਾ ਜੀ, ਸਕੂਲ ਆਫ ਐਮੀਨੈਂਸ ਤੇ ਮੈਰੀਟੋਰੀਅਸ ਸਕੂਲ ਦਾ ਜਿਹੜਾ ਐਗਜ਼ਾਮ ਹੈ ਇਹ ਇਕੱਠਾ ਹੀ ਲੈਣਗੇ। 9ਵੀਂ ਕਲਾਸ ਦਾ ਇਕੱਠਾ ਪੇਪਰ ਹੋਊਗਾ ਤੇ ਜਿਹੜਾ 11ਵੀਂ 'ਚ ਦਾਖਲੇ ਲਈ ਆ ਉਹ 10ਵੀਂ ਵਾਲਿਆਂ ਦਾ ਇੱਕ ਅਲੱਗ ਪੇਪਰ ਹੋਊਗਾ। ਪਰ ਹੁਣ ਚੱਕਰ ਇਹ ਪੈ ਰਿਹਾ ਕਿ ਮੈਰੀਟੋਰੀਅਸ ਸਕੂਲ ਤੇ ਸਕੂਲ ਆਫ ਐਮੀਨੈਂਸ ਦਾ ਜਿਹੜਾ ਪੇਪਰ ਲਿਆ ਜਾਂਦਾ ਸੀ, ਜਿਹਨੂੰ ਬੇਟਾ ਸੀਈਟੀ ਕਹਿੰਦੇ ਨੇ, ਕਾਮਨ ਇੰਟਰੈਂਸ ਟੈਸਟ ਕਹਿੰਦੇ ਨੇ, ਉਹਨਾਂ ਦੋਨਾਂ ਦਾ ਹੀ ਪੈਟਰਨ ਤੇ ਸਿਲੇਬਸ ਬਿਲਕੁਲ ਅਲੱਗ ਅਲੱਗ ਹੈ। ਪਰ ਇਸ ਵਾਰ ਇਹ ਕੀ ਕਰਨਗੇ ਉਹ ਦੇਖਣ ਵਾਲਾ ਹੋਏਗਾ। ਸੋ ਮੈਂ ਤੁਹਾਡੇ ਲਈ ਪਿਛਲੇ ਸਾਲ ਦੇ ਬੇਸ ਤੇ ਆਹ ਇੱਕ ਸਲਾਈਡ ਤਿਆਰ ਕੀਤੀ ਸੀ, ਮੈਂ ਤੁਹਾਨੂੰ ਮੋਟਾ ਮੋਟਾ ਸਮਝਾ ਦਿੰਦੀ ਹਾਂ, ਪਰ ਮੈਂ ਇਹ ਗਰੰਟੀ ਨਹੀਂ ਲੈਂਦੀ ਕਿ ਇਸ ਵਾਰ ਸੇਮ ਚੀਜ਼ ਹੋਊਗੀ, ਕਿਉਂਕਿ ਇਸ ਵਾਰ ਤੁਹਾਨੂੰ ਚੇਂਜਸ 101% ਦੇਖਣ ਨੂੰ ਮਿਲਣਗੇ। ਸੋ ਐਪਟੀਟਿਊਡ ਟੈਸਟ 9ਵੀਂ ਤੇ 11ਵੀਂ ਦੇ ਵਿੱਚ ਜਿਹੜਾ ਮੀਡੀਅਮ ਹੈ ਬੇਟਾ ਇਹਦਾ, ਹਿੰਦੀ, ਇੰਗਲਿਸ਼ ਤੇ ਪੰਜਾਬੀ, ਤਿੰਨੇ ਮੀਡੀਅਮ ਰਹਿੰਦੇ ਨੇ, ਠੀਕ ਹੈ, ਕਿਉਂਕਿ ਆਈਸੀਐਸਈ ਬੋਰਡ ਦੇ ਬੱਚੇ ਵੀ ਹੁੰਦੇ ਨੇ ਹੁਣ ਜਿਹੜੇ ਸਕੂਲ ਆਫ ਐਮੀਨੈਂਸ ਦੇ ਸਕਦੇ ਆ, ਸੀਬੀਐਸਈ ਦੇ ਵੀ, ਉਹਨਾਂ ਦੇ ਲਈ ਹਿੰਦੀ ਇਹਨਾਂ ਨੇ ਰੱਖਿਆ, ਇੰਗਲਿਸ਼ ਤੇ ਪੰਜਾਬੀ 'ਚ ਤਾਂ ਅਸੀਂ ਮਾਹਿਰ ਹੀ ਆ। ਐਗਜ਼ਾਮ ਦਾ ਪੈਟਰਨ ਕੀ ਸੀ ਬੇਟਾ, ਇਹਦੇ 'ਚ 150 ਸਵਾਲ ਹੁੰਦਾ ਸੀ ਤੇ 150 ਹੀ ਨੰਬਰ, ਯਾਨੀ ਕਿ ਇੱਕ ਕੁਐਸਚਨ ਕਿੰਨੇ ਦਾ ਬੇਟਾ 1 ਮਾਰਕ ਦਾ ਹੋ ਗਿਆ, ਠੀਕ ਹੈ। ਸਬਜੈਕਟ ਇਹਦੇ ਵਿੱਚ ਲੈਂਗੁਏਜ ਪ੍ਰੋਫੀਸ਼ੀਐਂਸੀ ਕੀ ਹੁੰਦੀ ਹੈ ਮੈਡਮ, ਇਹਦੇ ਵਿੱਚ ਬੇਟਾ 3 ਆਪਣੀਆਂ ਭਾਸ਼ਾਵਾਂ ਨੇ, ਠੀਕ ਹੈ, ਪਹਿਲਾਂ ਆਪਣੀ ਮਾਤ ਭਾਸ਼ਾ ਪੰਜਾਬੀ, ਦੈਨ ਹਿੰਦੀ ਐਂਡ ਦੈਨ ਇੰਗਲਿਸ਼।
ਇਹਨਾਂ ਤਿੰਨਾਂ ਦੇ ਵਿੱਚੋਂ ਬੇਟਾ ਸਾਨੂੰ ਇੱਕ ਇੱਕ ਅਨਸੀਨ ਪੈਸੇਜ ਦੇ ਦਿੰਦੇ ਨੇ, ਉਹ ਪੈਸੇਜ ਪੜ੍ਹ ਕੇ ਉਹਦੇ ਚੋਂ ਸਵਾਲ ਹੱਲ ਕਰਨੇ ਹੁੰਦੇ ਆ। 10 ਪੰਜਾਬੀ ਚੋਂ ਸਵਾਲ ਪੁੱਛੇ ਜਾਂਦੇ ਆ, 10 ਹਿੰਦੀ ਦੇ ਪੈਰੇ ਚੋਂ ਤੇ 10 ਇੰਗਲਿਸ਼ ਦੇ ਪੈਰਾਗ੍ਰਾਫ ਚੋਂ, ਤਾਂ ਟੋਟਲ ਲੈਂਗੁਏਜ ਪ੍ਰੋਫੀਸ਼ੀਐਂਸੀ 30 ਨੰਬਰਾਂ ਦੀ ਹੋ ਜਾਂਦੀ ਹੈ। ਫਿਰ ਮੈਥਮੈਟਿਕਸ, ਸਾਇੰਸ, ਸੋਸ਼ਲ ਸਟੱਡੀਜ਼, ਲੌਜੀਕਲ ਰੀਜ਼ਨਿੰਗ ਤੇ ਵਰਬਲ ਰੀਜ਼ਨਿੰਗ, ਇਹ ਦੋਨੋਂ ਰੀਜ਼ਨਿੰਗ ਦਾ ਹੀ ਪਾਰਟ ਆ ਗਏ। 15 ਇਹਦੇ ਚੋਂ ਪੁੱਛੇ ਜਾਂਦੇ ਆ, 15 ਇਹਦੇ ਚੋਂ ਪੁੱਛੇ ਜਾਂਦੇ ਆ। ਕਲੀਅਰ ਹੈ? ਅਗਲੀ ਸਲਾਈਡ ਤੇ ਜ਼ਿਆਦਾ ਕਲੀਅਰ ਹੋ ਜਾਏਗਾ। ਸੋ ਐਗਜ਼ਾਮ ਪੈਟਰਨ 150, ਦੋ ਪਾਰਟਸ ਨੇ, ਪਾਰਟ 1 ਐਂਡ ਪਾਰਟ 2। ਪਾਰਟ 1 30 ਨੰਬਰ ਰੀਜ਼ਨਿੰਗ, ਪਾਰਟ 2 120, ਮੈਥ ਦੇ 30 ਸਵਾਲ 30 ਨੰਬਰ, ਸਾਇੰਸ ਦੇ 30 ਸਵਾਲ 30 ਨੰਬਰ, ਸੋਸ਼ਲ ਸਾਇੰਸ 30 ਸਵਾਲ 30 ਨੰਬਰ, ਯਾਨੀ ਆਹ SST, ਪੰਜਾਬੀ 10, ਇੰਗਲਿਸ਼ 10 ਤੇ ਹਿੰਦੀ 10। ਪਰ ਬੇਟਾ ਮੈਰੀਟੋਰੀਅਸ ਸਕੂਲ ਦਾ ਜਿਹੜਾ ਪੈਟਰਨ ਹੈ ਇਹ ਤੋਂ ਬਿਲਕੁਲ ਵੱਖਰਾ ਹੈ। ਮੈਰੀਟੋਰੀਅਸ ਸਕੂਲ 'ਚ ਸਿਰਫ 3 ਸਬਜੈਕਟ ਹੁੰਦੇ ਨੇ, ਇੱਕ ਮੈਥ ਹੁੰਦਾ ਬੇਟਾ ਜੀ, ਇੱਕ ਇੰਗਲਿਸ਼ ਹੁੰਦੀ ਹੈ, ਔਰ ਇਹਦੇ ਨਾਲ ਨਾਲ ਇੱਕ ਹੁੰਦੀ ਹੈ ਬੇਟਾ ਜੀ ਸਾਇੰਸ। ਮੈਥ 35 ਦਾ ਹੁੰਦਾ ਹੈ, ਸਾਇੰਸ 35 ਦੀ ਹੁੰਦੀ ਹੈ, ਇੰਗਲਿਸ਼ 30 ਦੀ ਹੁੰਦੀ ਹੈ, ਟੋਟਲ ਬੇਟਾ ਜੀ 100 ਬਣ ਜਾਂਦਾ ਹੈ। ਪਰ ਹੁਣ ਦੇਖਣਾ ਹੋਏਗਾ ਕਿ ਜੇ ਇਹ ਪੇਪਰ ਕੰਬਾਈਨ ਕਰਕੇ ਲੈਣਗੇ ਤਾਂ ਕਿਵੇਂ ਲੈਣਗੇ, ਕਿ ਇਹ ਪੈਟਰਨ ਐਵੇਂ ਹੀ ਰੱਖਣਗੇ ਜਾਂ ਕੋਈ ਛੇੜਛਾੜ ਕਰਨਗੇ ਜਾਂ ਕਿਸੇ ਨਾ ਕਿਸੇ ਤਰੀਕੇ ਨਾਲ ਚੇਂਜਸ ਕਰਨਗੇ, ਉਹਦੇ ਲਈ ਤੁਸੀਂ ਸਾਡੇ ਚੈਨਲ ਨਾਲ ਜੁੜੇ ਰਹਿਣਾ। ਸੋ ਬੇਟਾ ਜੀ, ਜਿਹੜੇ ਤੁਹਾਨੂੰ ਆਹ ਸਬਜੈਕਟ ਦੱਸੇ ਨੇ, ਮੈਥ, ਸਾਇੰਸ, ਇਹ ਸਾਰੇ 9ਵੀਂ ਲਈ ਤੇ 11ਵੀਂ ਦੇ ਦਾਖਲੇ ਲਈ ਸੇਮ ਨੇ। ਬਸ ਜਿਹੜੇ ਬੱਚਿਆਂ ਨੇ 9ਵੀਂ 'ਚ ਦਾਖਲਾ ਲੈਣਾ ਉਹ 8ਵੀਂ ਦਾ ਸਿਲੇਬਸ ਕਰਨਗੇ, ਔਰ ਜਿਹੜੇ ਬੱਚਿਆਂ ਨੇ 11ਵੀਂ 'ਚ ਦਾਖਲਾ ਲੈਣਾ ਉਹ ਆਪਣੇ 10th ਦੇ ਸਿਲੇਬਸ ਅਕੋਰਡਿੰਗ ਕਰਨਗੇ। ਇਸ ਵਾਰ ਪਲੱਸ ਪੁਆਇੰਟ ਇਹ ਹੈ ਕਿ ਤੁਹਾਡੇ ਪੇਪਰ ਹੁਣੇ ਹੁਣੇ ਖਤਮ ਹੋਣਗੇ, ਉਸ ਤੋਂ ਬਾਅਦ ਤੁਹਾਡੇ ਕੋਲ ਜ਼ਿਆਦਾ ਸਮਾਂ ਨਹੀਂ ਹੋਊਗਾ ਤਾਂ ਤੁਸੀਂ ਵਧੀਆ ਪੜ੍ਹ ਲਓਗੇ। ਕਿਉਂਕਿ ਕੀ ਹੁੰਦਾ ਹੈ, ਮੰਨ ਲਓ ਤੁਹਾਡੇ ਜਨਵਰੀ 'ਚ ਪੇਪਰ ਹੋ ਗਏ, ਤੁਹਾਡਾ ਪੇਪਰ ਕਹਾਂ ਜਾ ਕੇ ਜੁਲਾਈ 'ਚ ਲਿਆ ਜਾ ਰਿਹਾ, ਤਾਂ ਇੰਨੇ ਮਹੀਨਿਆਂ 'ਚ ਆਪਾਂ ਜਮੀ ਨਹੀਂ ਪੜ੍ਹਦੇ, ਤਾਂ ਕਰਕੇ ਤਿਆਰੀ ਘੱਟ ਜਾਂਦੀ ਹੈ। ਪਰ ਹੁਣ ਤੁਹਾਡਾ ਨਵਾਂ ਨਵਾਂ ਪੜ੍ਹਿਆ ਹੋਇਆ ਤਾਂ ਤੁਹਾਡੇ ਮਾਰਕਸ ਇਨਕਰੀਜ਼ ਹੋਣਗੇ। ਮੈਡਮ, ਪ੍ਰੈਪਰੇਸ਼ਨ ਕਿਵੇਂ ਕਰੀਏ? ਪ੍ਰੈਪਰੇਸ਼ਨ ਲਈ ਤੁਹਾਡੇ ਨਾਲ ਅਸੀਂ ਜੁੜੇ ਹੋਏ ਆ। ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ, ਮੈਰੀਟੋਰੀਅਸ ਸਟੂਡੈਂਟਸ ਓਨਲੀ। ਇਹਦੇ ਵਿੱਚ ਅਲੱਗ ਅਲੱਗ ਪਲੇਲਿਸਟਾਂ ਬਣੀਆਂ ਹੋਈਆਂ ਨੇ, ਪਿਛਲੇ ਸਾਲ ਬੱਚਿਆਂ ਨੂੰ ਪ੍ਰੈਪਰੇਸ਼ਨ ਕਰਵਾਈ ਸੀ, ਹਾਲਾਂਕਿ ਮੈਂ ਉਹਨਾਂ ਨੂੰ ਪੂਰੀ 100% ਪ੍ਰੈਪਰੇਸ਼ਨ ਨਹੀਂ ਸੀ ਕਰਾਈ, ਬਿਕੋਜ਼ ਮੇਰੇ ਖੁਦ ਦੇ BEd ਦੇ ਫਾਈਨਲ ਐਗਜ਼ਾਮ ਚੱਲ ਰਹੇ ਸੀ। ਬਟ ਜਿੰਨੀ ਬੱਚਿਆਂ ਨੂੰ ਪ੍ਰੈਪਰੇਸ਼ਨ ਕਰਾਈ ਸੀ ਉਹਨਾਂ ਨੇ ਫਿਰ ਵੀ 70 ਤੋਂ 80 ਦੇ ਵਿੱਚ ਸਕੋਰ ਕਰ ਲਿਆ ਸੀ। ਤੁਸੀਂ ਜਾ ਕੇ ਕਮੈਂਟ ਸੈਕਸ਼ਨ ਦੇਖਿਓ, ਜਦੋਂ ਵੀਡੀਓਜ਼ ਦੇਖੋਗੇ ਭਰਿਆ ਪਿਆ ਕਮੈਂਟ ਸੈਕਸ਼ਨ ਬੱਚਿਆਂ ਦੇ ਪੋਜ਼ਿਟਿਵ ਰਿਵਿਊਜ਼ ਨਾਲ। ਔਰ ਮੈਂ ਹਮੇਸ਼ਾ ਰਿਵਿਊਜ਼ ਨੂੰ ਵੈਲਕਮ ਕਰਦੀ ਹਾਂ। ਤੁਹਾਨੂੰ ਜੋ ਵੀ ਲੱਗ ਰਿਹਾ ਕਿ ਮੈਮ ਸਾਨੂੰ ਇੱਥੇ ਕਮੀ ਲੱਗ ਰਹੀ ਹੈ, ਇੱਥੇ ਤੁਸੀਂ ਸੈੱਟ ਕਰੋ ਆ ਵਾਲੀ ਚੀਜ਼, ਤਾਂ ਡੈਫੀਨੇਟਲੀ ਆਈ ਐਮ ਰੈਡੀ ਟੂ ਡੂ ਦੈਟ, ਬਿਕੋਜ਼ ਅੱਜ ਦਾ ਜੋ ਟੀਚਿੰਗ ਪ੍ਰੋਸੈਸ ਹੈ ਉਹ ਤੁਹਾਡੇ ਤੇ ਬੇਸਡ ਹੈ। ਅਸੀਂ ਆਪਣੇ ਹਿਸਾਬ ਨਾਲ ਨਹੀਂ ਪੜ੍ਹਾਉਣਾ, ਅਸੀਂ ਤੁਹਾਨੂੰ ਤੁਹਾਡੇ ਹਿਸਾਬ ਨਾਲ ਪੜ੍ਹਾਉਣਾ, ਠੀਕ ਹੈ ਜੀ? ਸੋ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ। ਬਾਕੀ ਤੁਹਾਡੇ ਲਈ ਹੈ ਨਾ ਕੁਛ ਨਵਾਂ ਜ਼ਰੂਰ ਲੈ ਕੇ ਆਵਾਂਗੇ, ਤੁਹਾਡੇ ਐਗਜ਼ਾਮ ਦੀ ਪ੍ਰੈਪਰੇਸ਼ਨ ਲਈ, ਕਿਵੇਂ ਜਦੋਂ ਨੋਟੀਫਿਕੇਸ਼ਨ ਆ ਗਿਆ ਤੁਹਾਨੂੰ ਪ੍ਰੋਪਰ ਦੱਸਿਆ ਜਾਏਗਾ, ਕਿਵੇਂ ਫਿਲ ਕਰਨਾ, ਹਰੇਕ ਚੀਜ਼ ਤੁਹਾਨੂੰ A to Z ਸਾਰਾ ਪ੍ਰੋਸੈਸ ਦੱਸਿਆ ਜਾਏਗਾ, ਉਹਦੇ ਲਈ ਤੁਸੀਂ ਬਿਲਕੁਲ ਵੀ ਚਿੰਤਾ ਨਹੀਂ ਕਰਨੀ। ਸੋ ਥੈਂਕ ਯੂ ਸੋ ਮਚ ਫੋਰ ਵਾਚਿੰਗ ਦਿਸ ਵੀਡੀਓ ਐਂਡ ਗੋਡ ਬਲੈਸ ਯੂ ਐਵਰੀਵਨ। ਓਕੇ, ਇੱਥੇ G ਆਏਗੀ, ਗਲਤੀ ਨਾਲ H ਹੈ। ਥੈਂਕ ਯੂ ਜੀ, ਮਿਲਦੇ ਹਾਂ ਨੈਕਸਟ ਕਲਾਸ ਦੇ ਵਿੱਚ।